अस्सलाम वालेकुम जी, वेलकम टू माय न्यू ब्लॉग। आप लोग साहब का स्वागत करते हैं अपने छोटे से मिनी ब्लॉग में। हाँ दस किया होटले चलने दौन में नहीं खड़ना सी कौन जाना तुम दवा खरदा गर्म है ਟੋਂਡਾਉਨ ਕੋਣੀ ਖੜਨਾ ਤੁਸੀਂ ਦੋਏ ਨਹੀਂ ਜਾ ਸਕਦੇ ਮੈਂ ਅਕੇਲਾ ਜਾਊਂਗਾ ਗਰਮੀ ਵਾਵਾ ਸਾਰੀ ਆ ਵਾਰ ਚੁਲਦੀ ਹੈ ਵੀ ਬਰ ਗਰਮੀ ਵਾਰ ਚੁਲਦੀ ਹੈ ਵੀ ਜਾਣਾ ਦਊਂ ਗੱਡੀ ਕੱਢ ਲਿਓ ਜੀ ਗੱਡੀ ਕੱਢ ਕੇ ਆ ਗਏ ਆਪਾਂ ਗਲੀ ਦੇ ਅੱਗੇ ਇੱਥੇ ਹੁਣ ਲਗੇ ਹਾਂ ਜੀ ਘਰ ਵਾਲਿਆਂ ਨੂੰ ਬਾਲਣ ਤੇ ਜਾ ਰਹੇ ਹਾਂ ਜੀ ਕੋਟਲੇ ਹੋਰ ਕੀ ਕਰਵਾਉਣਾ ਪਿੱਛੇ ਲੋਗੋ ਲਾਇਆ ਸੀ ਉਹ 2 ਕਰੋੜ ਦਾ ਪਿੱਛੇ ਲੋਗੋ ਲਾਇਆ ਸੀ ਗੱਡੀ ਦੇ ਉਹ ਲਾਉਣਾ ਬਸ ਇਹ 2 ਕੰਮ ਕਰਵਾਉਣੇ ਨੇ ਤੇ ਫਿਰ ਇਨਸ਼ਾਅੱਲਾ ਵਾਪਸ ਆਉਣਾ ਪਿੰਡ ਸੇ ਲੰਘ ਕੇ ਆਏ ਪਿੰਡ ਕਾਫੀ ਸੋੜਾ ਥਾ ਇਨਕਾ ਤੋ ਵੀ ਥੋੜਾ ਸਾ ਗਾਣਾ ਮਾਣਾ ਲਗਾਇਆ ਜਾਏ ਕਿਉਂਕਿ ਘਰ ਵਾਲੇ ਉਤਰ ਗਏ ਆ ਘਰ ਵਾਲੇ ਹੋ ਤਾਂ ਗਾਣਾ ਨਹੀਂ ਮੈਂ ਚਲਾਦਾ ਠੀਕ ਹੈ ਉਹ ਅਗਰ ਖੁਦ ਅਕੇਲੇ ਮੇਲੇ ਹੋ ਤਾਂ ਫਿਰ ਗਾਣਾ ਚੱਲਦਾ ਹੈ ਬੇਸ਼ਰਮ ਬੇਵਫਾ ਬੇਹਿਆ ਤੁਹਾਡੇ ਕੋਲ ਦਰਵਾਜ਼ਾ ਖੁੱਲਦਾ ਨਹੀਂ ਹੈ ਚਾਹ ਤੁਹਾਨੂੰ ਜਿਹੜੇ ਉਹ ਟੁੱਟ ਗਏ ਨੇ ਘਰ ਤੇਰੇ ਕੱਪੜੇ ਨੇ ਇੱਥੇ ਵਿੱਚ ਹੀ ਬੈ ਬਾਹਰ ਸੇਕ ਹੈ ਨਾ ਆ ਜਿੱਥੇ ਆਨੇ ਆਨੇ ਨਾਹਣ ਲੱਗੇ ਨੇ ਆਨੀ ਆਨੀ ਲਵਾਣੀ ਟੇਪ ਠੀਕ ਹੈ ਉਹ ਤੱਕ ਆਨੇ ਆਨੀ ਸੋਹਣੀ ਜੀ ਟੇਪ ਲਵਾ ਕੇ ਉਹਦੇ ਉੱਤੇ ਲਹਾਨੇ ਆ ਮੰਜ਼ਰ ਹੈ ਲੋ ਜੀ ਆ ਗੱਡੀ ਦਾ ਲੈ ਲਿਆ ਲੋਗੋ ਇਹਨੂੰ ਲਾਣਾ ਪਿੱਛੇ ਅਗਲੇ ਦਾੜੇ ਹੈਰੀ ਮੇਰੀ ਲੱਗਿਆ ਸੀ ਲੇਕਿਨ ਉਹ ਪੱਟ ਕੇ ਕਿਉਂਕਿ ਮੈਂ ਛੜਾ ਵਿਸ਼ਕਾਰ ਕਰਕੇ 1 ਕਰੋਲਾ ਲਾਣਾ ਐਕਸਐਲ ਆਈ ਨਾਲ ਲਾਣਾ ਸੀ ਉਹ ਲਾ ਕੇ ਮੈਂ ਗੱਡੀ ਲਾ ਦਿੱਤਾ ਹੁਣ ਇੱਥੇ ਟੇਪਿੰਗ ਵਾਲੇ ਚੋਲ ਚੱਲਦੇ ਆ ਇੱਥੇ ਟੇਪ ਕਰਵਾਉਂਦੇ ਹਾਂ ਸੋਹਣੀ ਜੀ ਅਤੇ ਫਿਰ ਇਨਸ਼ਾਅੱਲਾ ਅਗਲਾ ਰੋਡ ਬਾਅਦ 'ਚ ਦੇਖਦੇ ਹਾਂ ਬਸ ਟੇਪ ਵਾਲਾ ਕੰਮ ਰਹਿ ਗਿਆ ਬਾਕੀ ਹੋਰ ਕੋਈ ਨਹੀਂ ਯੇ ਜੀ ਕਾਰ ਕੇ ਪਿੱਛੇ ਮੈਨੇ ਲਿਖਵਾ ਦਿਆ ਮੰਜ਼ਰ ਵਲੌਗ ਯੇ ਜਹਾਂ ਪੇ ਵੀ ਗਾੜੀ ਆਪਕੋ ਨਜ਼ਰ ਆਇਆ ਆਪਕਾ ਦਿਲ ਕਰੇ ਤੋ ਆਪ ਮੁਝੇ ਰੋਕ ਕੇ ਮੇਰੇ ਸਾਥ ਵੀਡੀਓ ਬਣਾ ਸਕਤੇ ਹੈ ਠੀਕ ਹੈ ਬਿਲਕੁਲ ਨਹੀਂ ਝਕਣਾ ਆਪਣੇ ਪਹਿਲਾਂ ਜੱਜਾ ਕੇ ਮੇਰੀ ਗਾੜੀ ਰੋਕ ਲੈਣੀ ਹੋਰ ਵਾਲੀ ਭਾਈ ਕੀ ਹਾਲ ਹੈ ਦਫਾ ਉਹ ਪਰਾਂ ਝੁੰਮੀਆਂ ਦੇ ਬਾਹਰ ਸ਼ਹਾਦੀ ਖੜੀ ਹੈ ਲਓ ਜੀ ਦੋਸਤੋ ਕੰਮ ਸਾਰੇ ਮਕਾਨ ਤੋਂ ਬਾਅਦ ਅਸੀਂ ਬਹਿ ਗਏ ਗੱਡੀ 'ਤੇ ਘਰ ਵਾਲੇ ਬਾਜ਼ਾਰੋਂ ਆ ਗਏ ਨੇ ਤੇ ਅਸੀਂ ਹੁਣ ਗਰਮੀਆਂ ਆਏ ਸੇਠ ਹਾਏ 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 ਹੁਣ ਗੱਡੀ ਗਰਮ ਹੋ ਜਾਏ ਸਭ ਤੋਂ ਪਹਿਲਾਂ ਅਸੀਂ ਇੱਥੇ ਉਤਾਰਾ ਹੁਣ ਜਾ ਜੀ ਐਂਜੂਰਾ ਆਪਣੇ ਆਪ ਚਲੋ ਤੇ ਹੁਣ ਅਸੀਂ ਲੱਗੇ ਹਾਂ ਜੀ ਤਰਾ ਤੇ ਛੱਡਿਆ ਸੀ ਨਾ ਟੇਮ ਲੱਗ ਗਈ ਹੈ ਬਿਲਕੁਲ ਪਿਆਰਾ ਮੋੜ ਹੋ ਗਿਆ ਅਸੀਂ ਗੱਡੀ ਮੋੜ ਕੇ ਚੱਲੇ ਹਾਂ ਜੀ ਬਾਜ਼ਾਰ ਵਾਲੀ ਸਾਈਡ ਤੇ ਬੋਤਲ ਉਹ ਲੈਣੇ ਹਨ ਉੱਥੇ ਜਾ ਦੋਸਤੋ ਪੋਲਟਾ ਸੇ ਹਮ ਲੋਗ ਆ ਗਏ ਹੈਂ ਘਰ
ਰੱਬੀ ਗਾੜੀ ਖੜੀ ਹੋਈ ਹੈ, ਸਾਥ ਹੀ ਪਰਸੀਨਾ ਆ ਵੀ ਗਿਆ। ਰੱਬੀ ਮੈਂ ਘਰ ਜਾ ਕੇ ਤੋ ਬਰਿਆਨੀ ਲਾਈ ਹੈ ਕੋਟਲਾ ਸੇ, ਵੋ ਖਾਣੇ ਲਗਾਓ, ਫਿਰ ਥੋੜ੍ਹੀ ਦੇਰ ਰੈਸਟ ਕਰਾਂਗੇ, ਫਿਰ ਜਾਣਾ ਹਮਨੇ ਖਾ ਰਹੀ ਹੈ। ਲਓ ਜੀ ਦੋਸਤੋ, ਅਸੀਂ ਜਾ ਰਹੇ ਹਾਂ ਜੀ ਹੁਣ ਖਾਰੀਆਂ ਸ਼ਰੀਫ, ਖਾਰੀਆਂ ਜਾਣਾ ਸੀ ਸਮਾਨ ਦੇਣ, ਬਾਹਰ ਭੇਜਣਾ ਇਟਲੀ, ਅਤੇ ਕੋਈ ਸਮਾਨ ਹੈ ਸਾਡਾ ਸਾਰਾ ਦੇਣ ਚੱਲੇ ਹਾਂ, ਅਤੇ ਹੁਣ ਅਸੀਂ ਜੀ ਖਾਰੀਆਂ ਨਿਕਲ ਆਏ ਹਾਂ, ਆਏ ਕਲਿਆਣੇ ਪਹੁੰਚ ਆਏ 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 ਖੱਡੇ ਖੱਡੇ ਬੜੇ ਹੋ ਗਏ ਕਲਿਆਣੇ ਵਾਲੇ, ਉਹ ਖੱਡੇ ਸਹੀ ਕਰੋ।